ਜੀ ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਜੀ ਆਰਟਿਗਾ 24 ਮਾਡਲ ਔਰ ਪੈਟਰੋਲ ਪਲੱਸ CNG ਵਾਲਾ ਵੇਰੀਐਂਟ ਆ ਗਿਆ ਜੀ ਔਰ ਬਹੁਤ ਹੀ ਸੋਹਣੀ ਕਾਰ ਦੀ ਲੁੱਕ 2,30,000 ਦੀ ਸਿਰਫ ਮੇਰੇ ਵੀਰਾਂ ਨੂੰ 2,30,000 ਦੀ ਕਾਰ ਦੇਵਾਂਗੇ ਔਰ ਫੁੱਲ ਮੋਡੀਫਾਈ ਕਾਰ ਆ XL6 ਸਮਾਰਟ ਹਾਈਬ੍ਰਿਡ ਅਲਫਾ ਚੈੱਕ ਕਰੋ ਗੱਡੀ ਦੀ ਲੁੱਕ ਬਹੁਤ ਪਿਆਰੀ ਲੁੱਕ ਔਰ ਮਾਡਲ ਇਹ ਆ ਗਿਆ 19-23 ਮਾਡਲ ਸਮਾਰਟ ਹਾਈਬ੍ਰਿਡ ਅਲਫਾ 23 ਮਾਡਲ 360 ਕੈਮਰੇ ਵਾਲੀ ਔਰ ਅੱਗੇ ਆਈ ਆ ਸਵਿਫਟ ZXI ਜਿਹੜੇ ਮੇਰੇ ਵੀਰ ਭਰਾ ਸਵਿਫਟ ਦੀ ਡਿਮਾਂਡ ਕਰਦੇ ਜੀ ਸਵਿਫਟ ZXI 23 ਮਾਡਲ ਲੈ ਕੇ ਆ ਗਏ ਮੇਰੇ ਵੀਰਾਂ ਲਈ ਔਰ ਸਿਰਫ 2,945 ਕਿਲੋਮੀਟਰ ਚੱਲੀ ਹੋਈ ਕਾਰ ਕੰਮ ਅੱਗੇ ਸਵਿਫਟ ਆ ਗਈ ਆ ਜੀ VXI 23 ਮਾਡਲ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਆ ਔਰ ਸਿਰਫ 11,000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਔਰ ਸਾਰੀ VXI ਆਟੋਮੈਟਿਕ ਜਿਹੜੇ ਮੇਰੇ ਵੀਰ ਭਰਾ ਆਟੋਮੈਟਿਕ ਦੀ ਡਿਮਾਂਡ ਕਰਦੇ ਸੀ ਆਟੋਮੈਟਿਕ ਲੈ ਕੇ ਆ ਗਏ 23 ਮਾਡਲ ਔਰ ਸਿਰਫ 21,000 ਕਿਲੋਮੀਟਰ ਚੱਲੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਸੋ ਮੈਂ ਤੁਹਾਡਾ ਆਪਣਾ ਅੰਮ੍ਰਿਤਪਾਲ ਸੂਚ ਜੀ ਭੰਡਾਰੀ ਕਾਰ ਬਾਜ਼ਾਰ ਤੋਂ ਸੋ ਅੱਜ ਮੇਰੇ ਵੀਰਾਂ ਲਈ ਲੈ ਕੇ ਆ ਗਏ ਹਾਂ ਜੀ ਆਰਟੀਗਾ XL6 ਸਵਿਫਟ ਔਰ ਫੁੱਲ ਸਟਾਕ ਲੈ ਕੇ ਆ ਗਏ ਹਾਂ ਜੀ ਔਰ ਵੀਡੀਓ ਨੂੰ ਪੂਰਾ ਦੇਖਿਓ ਸਕਿੱਪ ਨਾ ਕਰਿਓ ਲਾਈਕ ਕਰ ਦਿਓ ਵੀਡੀਓ ਨੂੰ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਔਰ ਮੇਰੇ ਵੀਰ ਭਰਾ ਜਿੱਥੋਂ ਜਿੱਥੋਂ ਵੀ ਵੀਡੀਓ ਦੇਖ ਰਹੇ ਆ ਕਮੈਂਟ ਕਰਕੇ ਨੀਚੇ ਜ਼ਰੂਰ ਦੱਸਿਆ ਕਰੋ ਵੀ ਤੁਹਾਡੀ ਵੀਡੀਓ ਅਸੀਂ ਇੱਥੇ ਤੋਂ ਵਾਚ ਕਰ ਰਹੇ ਹਾਂ ਤੁਹਾਡਾ ਰਿਪਲਾਈ ਵੀ ਜ਼ਰੂਰ ਕਰੂਗਾ ਤੁਹਾਡਾ ਵੀਰ ਔਰ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਜੀ ਕਿ ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਜੀ ਆਰਟੀਗਾ 24 ਮਾਡਲ ਔਰ ਪੈਟਰੋਲ ਪਲੱਸ CNG ਵਾਲਾ ਵੇਰੀਐਂਟ ਆ ਗਿਆ ਜੀ ਔਰ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਆ ਫਸਟ ਓਨਰ ਦੀ ਕਾਰ ਆ ਔਰ ਸਿਰਫ 16,000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਔਰ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਗੱਡੀ ਦੀ ਲੁੱਕ ਆ ਜੀ ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਪਈ ਆ ਬਿਲਕੁਲ ਸਾਫ਼ ਦੇਖ ਸਕਦੇ ਹੋ ਬਾਕੀ ਨਜ਼ਰ ਮਾਰ ਸਕਦੇ ਹੋ ਮੇਰੇ ਵੀਰ ਭਰਾ ਔਰ ਫਸਟ ਓਨਰ ਦੀ ਕਾਰ ਪਹਿਲੇ ਨਾਂ ਦੀ ਕਾਰ ਆ ਜੀ ਔਰ ਬੈਕ ਤੋਂ ਲੁੱਕ ਦੇਖ ਸਕਦੇ ਹੋ ਗੱਡੀ ਦੀ ਔਰ ਨੰਬਰ PB65BG03-87 ਲੱਗਾ ਜੀ ਕਾਰ ਨੂੰ ਨੰਬਰ ਔਰ ਸਾਰੀ ਕਾਰ ਬੰਪਰ ਟੂ ਬੰਪਰ ਓਰਿਜਨਲ ਔਰ ਸਾਫ਼ ਕਾਰ ਆ ਜੀ ਔਰ ਜੇ ਗੱਡੀ ਦੀ ਪ੍ਰਾਈਜ਼ ਦੀ ਗੱਲ ਕਰੀਏ ਦੇਖ ਸਕਦੇ ਹੋ 24 ਮਾਡਲ VXI ਆਪਸ਼ਨਲ CNG ਪਲੱਸ ਪੈਟਰੋਲ ਔਰ 16,000 ਚੱਲੀ 11,80,000 ਗੱਡੀ ਦੀ ਪ੍ਰਾਈਜ਼ ਲਿਸਟ ਆ ਔਰ ਮੇਰੇ ਵੀਰਾਂ ਨੂੰ 11,60,000 ਰੁਪਏ 'ਚ ਕਾਰ ਦੇ ਦੇਵਾਂਗੇ ਔਰ ਸਾਰੀ ਕਾਰ ਬੰਪਰ ਟੂ ਬੰਪਰ ਓਰਿਜਨਲ ਔਰ ਰਿਟਰਨ ਦੇ ਵਿੱਚ ਗਰੰਟੀ ਵੀ ਦਿੱਤੀ ਜਾਊਗੀ ਭੰਡਾਰੀ ਕਾਰ ਵੀ ਵੱਲੋਂ ਕਾਰ ਦੀ ਜੀ ਸੋ ਅੱਗੇ ਆਰਟੀਗਾ ਆ ਗਈ ਹੈ ਜੀ 22 ਮਾਡਲ ਸੋ ਚੈੱਕ ਕਰੋ ਗੱਡੀ ਦੀ ਲੁੱਕ ਬਹੁਤ ਹੀ ਪਿਆਰੀ ਲੁੱਕ ਔਰ PB65 ਮੋਹਾਲੀ ਦਾ ਲੱਗਾ ਨੰਬਰ ਔਰ ਫਸਟ ਓਨਰ ਦੀ ਕਾਰ ਆ ਜੀ ਔਰ ਸਾਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਆ ਜੀ ਦੇਖ ਸਕਦੇ ਹੋ ਸਾਫ਼ ਕਾਰ ਪਈ ਆ ਬਿਲਕੁਲ ਓਰਿਜਨਲ ਮੇਰੇ ਵੀਰ ਭਰਾ ਨਿਗਾਹ ਮਾਰ ਸਕਦੇ ਹੋ ਔਰ ਸਿਰਫ 45,000 ਕਿਲੋਮੀਟਰ ਚੱਲੀ ਹੋਈ ਕੰਪਨੀ ਰਿਕਾਰਡ ਨਾਲ ਬੰਪਰ ਟੂ ਬੰਪਰ ਸਾਰੀ ਕਾਰ ਓਰਿਜਨਲ ਆ ਜੀ ਨਿਗਾਹ ਮਾਰ ਲਓ ਮੇਰੇ ਵੀਰ ਭਰਾ ਜੀ ਔਰ ਬਾਕੀ ਬੈਕ ਤੋਂ ਲੁੱਕ ਚੈੱਕ ਕਰ ਸਕਦੇ ਹੋ ਔਰ ਨੰਬਰ ਮੋਹਾਲੀ ਦਾ PB65BC6839 ਲੱਗਾ ਜੀ ਕਾਰ ਨੂੰ ਨੰਬਰ ਔਰ ਪੂਰੀ ਕਾਰ ਬੰਪਰ ਟੂ ਬੰਪਰ ਓਰਿਜਨਲ ਸਾਫ਼ ਕਾਰ ਹੈ ਔਰ ਬਾਕੀ ਜੇ ਗੱਡੀ ਦੀ ਪ੍ਰਾਈਜ਼ ਦੀ ਗੱਲ ਕਰੀਏ ਪ੍ਰਾਈਜ਼ ਵੀ ਇੱਕ ਵਾਰੀ ਤੁਹਾਨੂੰ ਚੈੱਕ ਕਰਵਾਉਂਦੇ ਹਾਂ ਜੀ 22 ਮਾਡਲ ਹੈ VXI ਆਪਸ਼ਨਲ CNG ਪਲੱਸ ਪੈਟਰੋਲ ਔਰ 47,000 ਕਿਲੋਮੀਟਰ ਚੱਲੀ 10,25,000 ਗੱਡੀ ਦੀ ਪ੍ਰਾਈਜ਼ ਲਿਸਟ ਆ ਮੇਰੇ ਵੀਰਾਂ ਨੂੰ ਇਹ ਕਾਰ ਦੇ ਦੇਵਾਂਗੇ ਜੀ 10,10,000 ਰੁਪਏ 'ਚ ਔਨ ਰੋਡ ਕਾਰ ਦੇ ਦੇਵਾਂਗੇ ਜੀ 10,10,000 ਰੁਪਏ 'ਚ ਸੋ ਅੱਗੇ ਆ ਗਈ ਆ ਜੀ XL6 ਸਮਾਰਟ ਹਾਈਬ੍ਰਿਡ ਅਲਫਾ ਚੈੱਕ ਕਰੋ ਗੱਡੀ ਦੀ ਲੁੱਕ ਬਹੁਤ ਪਿਆਰੀ ਲੁੱਕ ਔਰ ਮਾਡਲ ਇਹ ਆ ਗਿਆ 19 ਮਾਡਲ ਆ ਉਹ ਸਿਰਫ 34,000 ਕਿਲੋਮੀਟਰ ਚੱਲੀ ਹੋਈ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਜੀ ਔਰ ਪੂਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਟੋਪ ਵਾਲਾ ਵੇਰੀਐਂਟ ਦੇ ਸਕਦੇ ਹੋ ਪੁਸ਼ ਬਟਨ ਸਟਾਰਟ ਔਰ ਸੀਟ ਕਵਰ ਲੱਗੇ 70 ਮੈਟ ਵਿੱਚ ਲੱਗੇ ਹੋਏ ਔਰ ਸਕਰੀਨ ਵਿੱਚ ਦੇਖ ਸਕਦੇ ਹੋ ਲੱਗੀ ਹੋਈ ਆ ਔਰ ਬਹੁਤ ਹੀ ਸੋਹਣਾ ਗੱਡੀ ਦਾ ਇੰਟੀਰੀਅਰ ਆ ਬਿਲਕੁਲ ਨੀਟ ਐਂਡ ਕਲੀਨ ਕਾਰ ਪਈ ਆ ਬਿਲਕੁਲ ਸਾਫ਼ ਬੰਪਰ ਟੂ ਬੰਪਰ ਸਾਰੀ ਕਾਰ ਓਰਿਜਨਲ ਆ ਜੀ ਬਾਕੀ ਦੇਖ ਸਕਦੇ ਹੋ ਔਰ ਇਹ ਕੈਪਟਨ ਸੀਟਾਂ ਦੇ ਵਿੱਚ ਆ ਜਾਂਦੀ ਆ ਜੀ XL6 ਆਉਂਦੀਆਂ ਕੈਪਟਨ ਸੀਟਾਂ ਦੇ ਵਿੱਚ ਆ ਜੀ ਸਾਰੀਆਂ ਔਰ ਬਾਰੀਆਂ 'ਤੇ ਵੀ ਡੈਂਪਿੰਗ ਹੋਈ ਪਈ ਹੈ ਜੀ ਔਰ ਹਾਈਬ੍ਰਿਡ ਵਿੱਚ ਕਾਰ ਆ ਦੇਖ ਸਕਦੇ ਹੋ ਸਮਾਰਟ ਹਾਈਬ੍ਰਿਡ ਵਿੱਚ ਕਾਰ ਆ ਜੀ
ਔਰ ਨੰਬਰ PB05AL8136 ਲੱਗਾ ਜੀ ਨੰਬਰ। ਔਰ ਬਾਕੀ ਇਹ ਮੇਰੇ ਵੀਰਾਂ ਨੂੰ ਕਾਰ ਦੇ ਦੇਵਾਂਗੇ ਜੀ, ਦੇ ਸਕਦੇ ਹੋ ਰੇਟ 9,95,000 ਗੱਡੀ ਦੀ ਪ੍ਰਾਈਸ ਲਿਸਟ ਆ, ਕਾਰ ਮੇਰੇ ਵੀਰਾਂ ਨੂੰ 9,70,000 ਰੁਪਏ 'ਚ ਦੇਵਾਂਗੇ। ਔਰ ਸਾਰੀ ਕਾਰ ਬੰਪਰ ਟੂ ਬੰਪਰ ਸਾਫ਼ ਓਰਿਜਨਲ ਪਈ ਆ ਜੀ। ਸੋ ਅੱਗੇ ਆ ਗਈ ਆ ਜੀ XL6 21 ਮਾਡਲ ਆ ਗਈ ਆ, ਔਰ ਬਹੁਤ ਹੀ ਪਿਆਰਾ ਕਾਰ ਦਾ ਕਲਰ, ਓਰਿਜਨਲ ਕਾਰ PB08 ਲੱਗਾ ਕਾਰ ਨੂੰ ਨੰਬਰ, ਔਰ 54,000 ਕਿਲੋਮੀਟਰ ਚੱਲੀ ਹੋਈ ਹੈ ਜੀ। ਔਰ ਦੇਖ ਸਕਦੇ ਹੋ ਇਹ ਵੀ ਪੈਟਰੋਲ ਪਲੱਸ CNG ਵਿੱਚ ਕਾਰ ਹੈ ਜੀ। ਔਰ ਸਾਰੀ ਕਾਰ ਅੰਦਰੋਂ ਓਰਿਜਨਲ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਹੈ ਜੀ। ਸੀਟ ਕਵਰ ਲੱਗੇ ਹੋਏ ਦੇਖ ਸਕਦੇ ਹੋ, 70 ਮੈਟ ਲੱਗੇ ਔਰ ਮੈਟਿੰਗ ਗੱਡੀ ਵਿੱਚ ਹੋਈ ਪਈ ਆ। ਔਰ ਪੂਰੀ ਕਾਰ ਅੰਦਰੋਂ ਬਿਲਕੁਲ ਅਨਟੱਚ ਨੀਟ ਐਂਡ ਕਲੀਨ ਪਈ ਹੈ ਜੀ। ਇੰਟੀਰੀਅਰ ਵਾਈਜ਼ ਬਹੁਤ ਸੋਹਣਾ ਗੱਡੀ ਦਾ ਇੰਟੀਰੀਅਰ ਹੈ ਜੀ, ਦੇਖ ਸਕਦੇ ਹੋ ਮੇਰੇ ਵੀਰ ਭਰਾ। ਸੋ ਇਹਦੇ ਵਿੱਚ ਆ ਸੈਂਟਰ ਦੇ ਵਿੱਚ ਇੱਕ ਐਕਸਟਰਾ ਸੀਟ ਲਵਾਈ ਹੋਈ ਹੈ, ਵੈਸੇ ਕੈਪਟਨ ਸੀਟਾਂ ਦੇ ਵਿੱਚ ਆਉਂਦੀਆਂ, ਐਕਸਟਰਾ ਸੀਟ ਵਿੱਚ ਲੱਗੀ ਹੋਈ ਹੈ ਜੀ। ਬਾਕੀ ਦੇਖ ਸਕਦੇ ਹੋ ਸਮਾਰਟ ਹਾਈਬ੍ਰਿਡ ਵਿੱਚ ਕਾਰ, ਨੰਬਰ ਲੱਗਾ ਜੀ ਜਲੰਧਰ ਦਾ PB08EU1062 ਕਾਰ ਨੂੰ ਲੱਗਾ ਨੰਬਰ। ਔਰ ਇਹ ਕਾਰ ਮੇਰੇ ਵੀਰਾਂ ਨੂੰ ਆਪਾਂ ਦੇ ਦੇਵਾਂਗੇ ਜੀ, ਰੇਟ ਲਿਸਟ ਇੱਕ ਵਾਰੀ ਚੈੱਕ ਕਰਵਾਉਣੇ ਤੁਹਾਨੂੰ, ਦੇਖ ਸਕਦੇ ਹੋ 9,25,000 ਗੱਡੀ ਦੀ ਪ੍ਰਾਈਸ ਲਿਸਟ ਆ, ਕਾਰ ਮੇਰੇ ਵੀਰਾਂ ਨੂੰ ਓਨਲੀ ਦੇ ਦੇਵਾਂਗੇ ਜੀ 9,10,000 ਰੁਪਏ 'ਚ, 9,10,000 ਰੁਪਏ 'ਚ ਪੈਟਰੋਲ ਪਲੱਸ CNG ਵਾਲਾ ਵੇਰੀਐਂਟ ਦੇ ਦਾਂਗੇ ਮੇਰੇ ਵੀਰਾਂ ਨੂੰ। ਸੋ ਅੱਗੇ ਆ ਗਈ ਆ ਜੀ 23 ਮਾਡਲ ਸਮਾਰਟ ਹਾਈਬ੍ਰਿਡ ਅਲਫਾ, 23 ਮਾਡਲ 360 ਕੈਮਰੇ ਵਾਲੀ, ਔਰ ਟੌਪ ਵੇਰੀਐਂਟ ਹੈ ਜੀ ਇਹ, 23 ਮਾਡਲ ਹੈ ਔਰ ਸਿਰਫ 22,000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ, ਕਰੋਮ ਲੱਗੀ ਹੋਈ, ਡੋਰ ਵਾਈਜ਼ਰ ਲੱਗੇ ਹੋਏ, ਔਰ ਦੇਖ ਸਕਦੇ ਹੋ ਅੰਦਰੋਂ ਇੰਟੀਰੀਅਰ ਵਾਈਜ਼ ਬਹੁਤ ਸੋਹਣੀ, ਸੀਟ ਕਵਰ ਚੜ੍ਹੇ, 70 ਮੈਟ ਔਰ ਮੈਟਿੰਗ ਹੋਈ ਪਈ ਹੈ, ਪੁਸ਼ ਬਟਨ ਸਟਾਰਟ ਔਰ ਸਕਰੀਨ ਵਿੱਚ ਲੱਗੀ ਹੋਈ ਹੈ ਜੀ। ਔਰ ਸਾਰੀ ਕਾਰ ਬਿਲਕੁਲ ਅੰਦਰੋਂ ਨੀਟ ਐਂਡ ਕਲੀਨ ਕਰ ਪਈ ਆ, ਅਨਟੱਚ ਕਾਰ ਆ ਜੀ ਬਿਲਕੁਲ, ਬੰਪਰ ਟੂ ਬੰਪਰ ਸਾਰੀ ਕਾਰ ਓਰੀਜਨਲ। ਔਰ ਦੇਖ ਸਕਦੇ ਹੋ ਇਹ ਵੀ ਕੈਪਟਨ ਸੀਟਾਂ ਦੇ ਵਿੱਚ ਕਾਰ ਹੈ ਜੀ, ਜਿਹੜੇ ਮੇਰੇ ਵੀਰ ਭਰਾ ਡਿਮਾਂਡ ਕਰਦੇ ਵੀ 7-ਸੀਟਰ ਕਾਰਾਂ ਲੈ ਕੇ ਆਓ, ਸੋ ਤੁਹਾਡਾ ਵੀਰ ਤੁਹਾਡੇ ਲੈ ਕੇ ਆ ਗਿਆ। ਔਰ ਨੰਬਰ PB32X0086 ਨੰਬਰ ਵੀ ਬੜਾ ਪਿਆਰਾ, ਔਰ ਸਮਾਰਟ ਹਾਈਬ੍ਰਿਡ ਵਿੱਚ ਕਾਰ ਆ ਜੀ। ਔਰ ਇਹ ਕਾਰ ਦਾ ਪ੍ਰਾਈਜ਼ ਹੈਗਾ ਜੀ ਦੇਖ ਸਕਦੇ ਹੋ 23 ਮਾਡਲ ਟੌਪ ਮਾਡਲ ਆ ਜੀ, ਪੈਟਰੋਲ 22,000 ਚੱਲੀ, 13,00,000 ਪ੍ਰਾਈਜ਼ ਆ ਜੀ ਕਾਰ ਦਾ। ਮੇਰੇ ਵੀਰਾਂ ਨੂੰ ਵੀ 12,80,000 ਰੁਪਏ 'ਚ ਕਾਰ ਦੇਵਾਂਗੇ, ਜਿਹੜੀ ਆਪਣੀ ਵੀਡੀਓ ਦੇਖ ਕੇ ਆਊਗਾ ਬੰਦਾ, 12,80,000 ਰੁਪਏ 'ਚ ਟੌਪ ਮਾਡਲ ਦੇ ਦਾਂਗੇ ਜੀ ਅਲਫਾ। ਔਰ ਅੱਗੇ ਆ ਗਈ ਹੈ ਜੀ XL6 22 ਮਾਡਲ ਸਮਾਰਟ ਹਾਈਬ੍ਰਿਡ ਜੇਟਾ ਆ ਗਈ ਹੈ ਜੀ 22 ਮਾਡਲ, ਔਰ ਬਹੁਤ ਹੀ ਪਿਆਰਾ ਕਲਰ, ਸਾਰੀ ਕਾਰ ਬੰਪਰ ਟੂ ਬੰਪਰ ਓਰਿਜਨਲ, ਔਰ ਸਿਰਫ 24,000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ, ਕਰੋਮ ਲੱਗੀ ਹੋਈ ਦੇਖ ਸਕਦੇ ਹੋ, ਔਰ ਅੰਦਰੋਂ ਇੰਟੀਰੀਅਰ ਵਾਈਜ਼ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਲੁੱਕ ਕਾਰ ਦੀ, ਔਰ ਪੂਰੀ ਕਾਰ ਸਾਫ਼ ਨੀਟ ਐਂਡ ਕਲੀਨ ਕਾਰ, ਔਰ ਸਕਰੀਨ ਵਿੱਚ ਲੱਗੀ, ਔਰ ਪਹਿਲੇ ਨਾਂ ਦੀ ਕਾਰ ਆ ਜੀ ਫਸਟ ਓਨਰ ਦੀ। ਬਾਕੀ ਬੰਪਰ ਟੂ ਬੰਪਰ ਸਾਰੀ ਕਾਰ ਓਰਿਜਨਲ ਪਈ ਹੈ ਜੀ, ਔਰ ਨੰਬਰ PB70G9170 ਨੰਬਰ ਵੀ ਵਧੀਆ ਲੱਗਾ, ਔਰ ਕਾਰ ਵੀ ਸਾਰੀ ਵਧੀਆ ਜੀ। ਔਰ ਇਹ ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ, ਰੇਟ ਦੇਖ ਸਕਦੇ ਹੋ 9,65,000 ਗੱਡੀ ਦੀ ਪ੍ਰਾਈਸ ਲਿਸਟ ਆ, ਕਾਰ ਮੇਰੇ ਵੀਰਾਂ ਨੂੰ ਦੇਵਾਂਗੇ ਜੀ 9,50,000 ਰੁਪਏ 'ਚ, ਓਨਲੀ 9,50,000 ਰੁਪਏ 'ਚ ਮੇਰੇ ਵੀਰਾਂ ਨੂੰ ਕਾਰ ਦੇ ਦੇਵਾਂਗੇ ਜੀ। ਸੋ ਅੱਗੇ ਚੱਲਦੇ ਹਾਂ ਜੀ ਮੇਰੇ ਵੀਰਾਂ ਨੂੰ ਲੈ ਕੇ। ਲਓ ਜੀ ਅੱਗੇ ਆ ਗਈ ਹੈ ਜੀ ਮੇਰੇ ਵੀਰਾਂ ਲਈ ਹੋਂਡਾ ਸਿਟੀ 7 ਮਾਡਲ ਲੈ ਕੇ ਆ ਗਏ, ਔਰ ਫੁੱਲ ਮੋਡੀਫਾਈ ਹੋਈ, ਫੁੱਲ ਤਿਆਰ ਹੋਈ ਕਾਰ ਆ ਜੀ, ਔਰ ਸਿਰਫ 52,000 ਕਿਲੋਮੀਟਰ ਚੱਲੀ ਹੋਈ ਦੇਖ ਸਕਦੇ ਹੋ ਪੈਟਰੋਲ ਵਰਜ਼ਨ ਦੇ ਵਿੱਚ, ਔਰ ਬਹੁਤ ਹੀ ਸੋਹਣਾ ਗੱਡੀ ਦਾ ਅੰਦਰੋਂ ਇੰਟੀਰੀਅਰ, ਸੀਟ ਕਵਰ ਲੱਗੇ ਹੋਏ ਆ, ਮੈਟਿੰਗ ਵਿੱਚ ਹੋਈ ਆ, ਸਕਰੀਨ ਲੱਗੀ ਹੋਈ ਹੈ, ਔਰ ਮੈਨੂਅਲ ਦੇ ਵਿੱਚ ਕਾਰ ਆ, ਸਾਰੀ ਕਾਰ ਅੰਦਰੋਂ ਫੁੱਲ ਤਿਆਰ ਹੋਈ ਪਈ ਆ ਜੀ ਦੇਖ ਸਕਦੇ ਹੋ, ਆ ਵੀ ਚੀਜ਼ ਲੈਦਰ ਦੀ ਲੱਗੀ ਹੋਈ ਹੈ ਜੀ, ਔਰ ਲਾਏ ਵੀ ਬਹੁਤ ਸੋਹਣੇ ਲੱਗੇ ਹੋਏ, ਚੈੱਕ ਕਰ ਸਕਦੇ ਹੋ, ਔਰ ਬਹੁਤ ਹੀ ਸੋਹਣੀ ਲੁੱਕ ਆ ਜੀ ਕਾਰ ਦੀ ਮੇਰੇ ਵੀਰ ਭਰਾ, ਇੱਕ ਵਾਰੀ ਨਿਗਾਹ ਮਾਰ ਲਓ। ਨੰਬਰ ਵੀ PB07T1581 ਲੱਗਾ ਜੀ ਕਾਰ ਨੂੰ ਨੰਬਰ, ਔਰ ਇਹ ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ, ਦੇ ਸਕਦੇ ਹੋ 7 ਮਾਡਲ ਹੈ, 52,000 ਚੱਲੀ, 2,30,000 ਦੀ ਸਿਰਫ
ਮੇਰੇ ਵੀਰਾਂ ਨੂੰ 2,30,000 ਦੀ ਕਾਰ ਦੇਵਾਂਗੇ ਔਰ ਫੁੱਲ ਮੋਡੀਫਾਈ ਕਾਰ ਆ, ਘੱਟੋ ਘੱਟ 1,00,000 ਰੁਪਏ ਦਾ ਉੱਤੇ ਸਮਾਨ ਹੀ ਲੱਗਾ ਹੋਇਆ ਜੀ ਕਾਰ ਦੇ, ਔਰ ਪੂਰੀ ਕਾਰ ਅੰਦਰ ਓਰਿਜਨਲ ਆ ਜੀ। ਔਰ ਅੱਗੇ ਚੱਲਦੇ ਮੇਰੇ ਵੀਰਾਂ ਨੂੰ ਲੈ ਗਏ ਜੀ। ਲਓ ਜੀ ਅੱਗੇ ਆਈ ਆ ਸਵਿਫਟ ZXi, ਜਿਹੜੇ ਮੇਰੇ ਵੀਰ ਭਰਾ ਸਵਿਫਟ ਦੀ ਡਿਮਾਂਡ ਕਰਦੇ ਜੀ, ਸਵਿਫਟ ZXi 23 ਮਾਡਲ ਹੈਗੇ ਆ ਗਏ ਮੇਰੇ ਵੀਰਾਂ ਲਈ, ਔਰ ਸਿਰਫ 2,945 ਕਿਲੋਮੀਟਰ ਚੱਲੀ ਹੋਈ ਕਾਰ ਕੰਪਨੀ ਰਿਕਾਰਡ ਨਾਲ, ਔਰ ਬਹੁਤ ਹੀ ਸੋਹਣਾ ਗੱਡੀ ਦਾ ਇੰਟੀਰੀਅਰ, ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ, ਔਰ ਸੀਟ ਕਵਰ ਲੱਗੇ ਹੋਏ 70 ਮੈਟ ਲੱਗੇ ਹੋਏ, ਔਰ ਸਕਰੀਨ ਵਿੱਚ ਲੱਗੀ ਹੋਈ ਹੈ, ਚੈੱਕ ਕਰ ਸਕਦੇ ਹੋ ਮੈਨੂਅਲ ਦੇ ਵਿੱਚ ਕਾਰ ਆ, ਔਰ ਬੰਪਰ ਟੂ ਬੰਪਰ ਸਾਰੀ ਕਾਰ ਓਰਿਜਨਲ ਨੀਟ ਐਂਡ ਕਲੀਨ ਕਾਰ ਆ ਜੀ। ਔਰ ਲੁੱਕ ਵੀ ਬਹੁਤ ਸੋਹਣੀ, ਨੰਬਰ ਲੱਗਾ ਜੀ ਲੋਕਲ PB07CE9461 ਲੱਗਾ ਜੀ ਗੱਡੀ ਨੂੰ ਨੰਬਰ। ਔਰ ਇਹ ਕਾਰ ਮੇਰੇ ਵੀਰਾਂ ਨੂੰ ਦੇ ਸਕਦੇ ਹੋ, ਦੇ ਦੇਵਾਂਗੇ ਜੀ 8,50,000 ਗੱਡੀ ਦੀ ਪ੍ਰਾਈਸ ਲਿਸਟ ਆ, 23 ਮਾਡਲ ਆ, 8,30,000 ਰੁਪਏ 'ਚ ਮੇਰੇ ਵੀਰਾਂ ਨੂੰ ਸਵਿਫਟ ਕਾਰ ਦੇਵਾਂਗੇ, ਔਰ ਫਸਟ ਓਨਰ ਦੀ ਟੋਪ ਮਾਡਲ ਆ ZXi। ਸੋ ਅੱਗੇ ਸਵਿਫਟ ਆ ਗਈ ਆ ਜੀ VXi 23 ਮਾਡਲ, ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਆ, ਔਰ ਸਿਰਫ 11,000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ, ਔਰ ਸਾਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਪਈ ਆ ਜੀ, ਬੰਪਰ ਟੂ ਬੰਪਰ ਦੇਖ ਸਕਦੇ ਹੋ ਸੀਟ ਕਵਰ ਵਿੱਚ ਲੱਗੇ ਹੋਏ, ਔਰ ਪੂਰੀ ਕਾਰ ਅੰਦਰੋਂ ਸਾਫ਼ ਆ ਜੀ। ਔਰ ਗੱਡੀ ਨੂੰ ਨੰਬਰ ਲੱਗਾ ਜੀ PB34CE7783 ਲੱਗਾ ਨੰਬਰ, ਔਰ ਪੂਰੀ ਕਾਰ ਬੰਪਰ ਟੂ ਬੰਪਰ ਓਰਿਜਨਲ, ਔਰ ਕਾਰ ਦਾ ਪ੍ਰਾਈਜ਼ ਹੈਗਾ ਜੀ 7,25,000, 11,000 ਕਿਲੋਮੀਟਰ ਓਨਲੀ ਕਾਰ ਚੱਲੀ ਹੈ, 23 ਮਾਡਲ ਹੈ, ਔਰ 7,10,000 ਰੁਪਏ 'ਚ ਮੇਰੇ ਵੀਰਾਂ ਨੂੰ ਸਵਿਫਟ ਕਾਰ ਦੇ ਦੇਵਾਂਗੇ, ਔਰ ਫਸਟ ਓਨਰ ਦੀ ਕਾਰ ਹੈ ਜੀ। ਸੋ ਅੱਗੇ ਸਵਿਫਟ ਆ ਗਈ ਹੈ ਜੀ VXi ਆਟੋਮੈਟਿਕ, ਜਿਹੜੇ ਮੇਰੇ ਵੀਰ ਭਰਾ ਆਟੋਮੈਟਿਕ ਦੀ ਡਿਮਾਂਡ ਕਰਦੇ ਸੀ, ਆਟੋਮੈਟਿਕ ਲੈ ਕੇ ਆ ਗਏ, 23 ਮਾਡਲ, ਔਰ ਸਿਰਫ 21,000 ਕਿਲੋਮੀਟਰ ਚੱਲੀ, ਔਰ VXi ਵਾਲਾ ਵੇਰੀਐਂਟ, ਔਰ ਸਾਰੀ ਕਾਰ ਅੰਦਰੋਂ ਓਰਿਜਨਲ, ਸੀਟ ਕਵਰ ਲੱਗੇ 70 ਮੈਟ ਵਿੱਚ ਲੱਗੇ ਹੋਏ, ਔਰ ਆਟੋਮੈਟਿਕ ਵਰਜ਼ਨ ਦੇ ਵਿੱਚ ਕਾਰ ਆ ਜੀ, ਔਰ ਬਹੁਤ ਹੀ ਪਿਆਰੀ ਅੰਦਰੋਂ ਕਾਰ ਦੀ ਲੁੱਕ, ਇੰਟੀਰੀਅਰ ਵਾਈਸ ਬਹੁਤ ਸੋਹਣੀ ਕਾਰ ਹੈ, ਔਰ ਬੈਕ ਤੋਂ ਲੁੱਕ ਚੈੱਕ ਕਰ ਸਕਦੇ ਹੋ, ਨੰਬਰ ਲੱਗਾ ਜੀ PB42E3131 ਜੀ ਲੱਗਾ ਕਾਰ ਨੂੰ ਨੰਬਰ। ਔਰ ਇਹ ਕਾਰ ਮੇਰੇ ਵੀਰਾਂ ਨੂੰ ਦੇ ਸਕਦੇ ਹੋ ਰੇਟ 7,70,000 ਗੱਡੀ ਦੀ ਪ੍ਰਾਈਸ ਲਿਸਟ ਆ ਮੇਰੇ ਵੀਰਾਂ ਨੂੰ, 7,50,000 ਰੁਪਏ 'ਚ ਕਾਰ ਦੇਵਾਂਗੇ, 7,50,000 ਰੁਪਏ 'ਚ ਕਾਰ ਦੇ ਦੇਵਾਂਗੇ ਜੀ ਮੇਰੇ ਵੀਰਾਂ ਨੂੰ, ਫਸਟ ਓਨਰ ਦੀ ਕਾਰ ਆ। ਔਰ ਅੱਗੇ ਸਵਿਫਟ ਆ ਗਈ VXi 23 ਮਾਡਲ VXi ਆ ਗਈ ਹੈ ਜੀ, ਔਰ ਬਹੁਤ ਹੀ ਪਿਆਰੀ ਲੁੱਕ ਕਾਰ ਦੀ, ਔਰ ਓਰਿਜਨਲ ਕਾਰ ਆ ਸਾਰੀ, ਔਰ ਸਿਰਫ 12,700 ਕਿਲੋਮੀਟਰ ਚੱਲੀ ਹੋਈ ਕਾਰ ਦੇ ਸਕਦੇ ਹੋ, ਸੀਟ ਕਵਰ ਵਿੱਚ ਲੱਗੇ ਹੋਏ, ਔਰ ਪੂਰੀ ਕਾਰ ਓਰਿਜਨਲ ਔਰ ਮੈਨੂਅਲ ਦੇ ਵਿੱਚ ਕਾਰ ਆ, ਔਰ ਇੰਟੀਰੀਅਰ ਵਾਈਸ ਬਹੁਤ ਸੋਹਣੀ ਕਾਰ, ਔਰ ਬੰਪਰ ਟੂ ਬੰਪਰ ਸਾਰੀ ਓਰਿਜਨਲ ਦੇ ਸਕਦੇ ਹੋ, ਔਰ ਕੋਈ ਕੱਟੀ ਪੱਟੀ ਸੀਟ ਨਹੀਂ ਹੈਗੀ ਗੱਡੀ ਦੀ, ਔਰ ਨੰਬਰ ਲੱਗਾ ਜੀ ਲੋਕਲ PB08FF3348 ਲੱਗਾ ਜੀ ਕਾਰ ਨੂੰ ਨੰਬਰ। ਔਰ ਕਾਰ ਦਾ ਪ੍ਰਾਈਜ਼ ਚੈੱਕ ਕਰ ਸਕਦੇ ਮੇਰੇ ਵੀਰ ਭਰਾ, 7,55,000 ਕਾਰ ਦਾ ਪ੍ਰਾਈਜ਼ ਆ ਜੀ ਮੇਰੇ ਵੀਰਾਂ ਨੂੰ, ਕਾਰ ਦੇ ਦੇਵਾਂਗੇ ਜੀ 7,40,000 ਰੁਪਏ 'ਚ ਓਨਲੀ, 7,40,000 ਰੁਪਏ 'ਚ ਸਵਿਫਟ VXi ਦੇ ਦੇਵਾਂਗੇ ਫਸਟ ਓਨਰ ਦੀ। ਸੋ ਅੱਗੇ ਆ ਗਈ ਆ ਜੀ 21 ਮਾਡਲ, ਸਵਿਫਟ 21 ਮਾਡਲ ਆ ਗਈ ਆ ਆਟੋਮੈਟਿਕ ਵਰਜ਼ਨ ਦੇ ਵਿੱਚ, ਔਰ ਸਿਰਫ 28,000 ਕਿਲੋਮੀਟਰ ਚੱਲੀ, ਨਾਲ ਐਕਸਟਰਾ ਲਾਈਟ ਆ ਲੱਗੇ ਹੋਏ, ਔਰ ਪੂਰੀ ਕਾਰ ਅੰਦਰੋਂ ਸਾਫ਼ ਓਰਿਜਨਲ ਕਾਰ ਹੈ ਜੀ, ਆਟੋਮੈਟਿਕ ਦੇ ਵਿੱਚ ਕਾਰ ਹੈ ਦੇ ਸਕਦੇ ਹੋ, ਸੀਟ ਕਵਰ ਲੱਗੇ ਹੋਏ ਆ ਆਟੋਮੈਟਿਕ ਵਰਜ਼ਨ ਦੇ ਵਿੱਚ, ਔਰ ਬਹੁਤ ਹੀ ਪਿਆਰਾ ਇੰਟੀਰੀਅਰ ਗੱਡੀ ਦੇ ਅੰਦਰੋਂ, ਬੰਪਰ ਟੂ ਬੰਪਰ ਸਾਰੀ ਕਾਰ ਬਿਲਕੁਲ ਸਾਫ਼ ਪਈ ਹੈ ਜੀ, ਔਰ ਨੰਬਰ PB27G4827 ਨੰਬਰ ਤੁਹਾਨੂੰ ਮੈਂ ਤਾਂ ਦਿਖਾ ਰਿਹਾ ਮੇਰੇ ਵੀਰ ਭਰਾ, ਪਹਿਲਾਂ ਰਿਕਾਰਡ ਚੈੱਕ ਕਰਾਓ ਕਾਰ ਦਾ, ਫਿਰ ਕਾਰ ਨੂੰ ਬਾਏ ਕਰੋ ਜੀ ਸਾਡੇ ਕੋਲੋਂ ਆ ਕੇ। ਔਰ ਰੇਟ ਦੇਖ ਸਕਦੇ ਹੋ 7,00,000 ਕਾਰ ਦਾ ਰੇਟ ਹੈ ਮੇਰੇ ਵੀਰਾਂ ਨੂੰ, 6,80,000 ਰੁਪਏ 'ਚ ਕਾਰ ਦੇ ਦੇਵਾਂਗੇ, ਔਰ ਪੂਰੀ ਕਾਰ ਬੰਪਰ ਟੂ ਬੰਪਰ ਓਰਿਜਨਲ। ਔਰ ਅੱਗੇ ਆ ਗਈ ਆ 21 ਮਾਡਲ, 21 ਮਾਡਲ ਆ ਗਈ ਆ ਜੀ ਸਵਿਫਟ VXi ਦੇਖ ਸਕਦੇ ਹੋ, ਬਹੁਤ ਹੀ ਪਿਆਰਾ ਕਲਰ ਹੈ, ਔਰ ਸਿਰਫ 21,000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ, ਸੀਟ ਕਵਰ ਲੱਗੇ, ਮੈਨੂਅਲ ਦੇ ਵਿੱਚ ਕਾਰ ਆ, ਔਰ ਪੂਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ, ਸਾਫ਼ ਕਾਰ ਆ। ਔਰ ਨੰਬਰ ਲੱਗਾ ਜੀ PB65AP6060 ਮੋਹਾਲੀ ਦਾ ਲੱਗਾ ਕਾਰ ਨੂੰ ਨੰਬਰ, ਔਰ ਕਾਰ ਦਾ ਪ੍ਰਾਈਜ਼ ਹੈਗਾ ਜੀ 6,75,000, ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ ਓਨਲੀ 6 ਲੱਖ
60,000 ਰੁਪਏ 'ਚ ਮੇਰੇ ਵੀਰਾਂ ਨੂੰ ਕਾਰ ਦੇ ਦੇਵਾਂਗੇ। ਸਾਰੀ ਕਾਰ ਓਰਿਜਨਲ ਬੰਪਰ ਟੂ ਬੰਪਰ ਬਿਲਕੁਲ ਸਾਫ਼ ਕਾਰ ਆ ਜੀ। ਜਿਹਦੀ ਵੀਡੀਓ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਵੀਡੀਓ ਨੂੰ ਕਰ ਦਿਓ ਜਾਣ ਲੱਗੇ ਲਾਈਕ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਇੱਦਾਂ ਹੀ ਤੁਹਾਡਾ ਵੀਰ ਇਸ ਚੈਨਲ 'ਤੇ ਨਵੀਆਂ ਨਵੀਆਂ ਕਾਰਾਂ ਦਾ ਸਟੋਕ ਲੈ ਕੇ ਆਉਂਦਾ ਰਹੂੰਗਾ। ਸੋ ਚੰਗਾ ਜੀ, ਮਿਲਾਂਗੇ ਅਗਲੀ ਵੀਡੀਓ ਨਾਲ। ਦਿਓ ਜਾਜ, ਸਤਿ ਸ਼੍ਰੀ ਅਕਾਲ ਜੀ।